ਆਸਟ੍ਰੇਲੀਅਨ ਡਾਲਰ ਦੀ ਮੰਗ ਕਰਕੇ 2 ਲੱਖ ਲੁੱਟੇ। ਦੇਰ ਸ਼ਾਮ ਬੜਾਚੌਰ ਦੀ ਮਾਰਕੀਟ ਵਿਖੇ ਸਥਿਤ ਆਰ ਕੇ ਫੋਰੈਕਸ ਵਿਖੇ ਇੱਕ ਅਣਪਛਾਤਾ ਵਿਅਕਤੀ 2 ਲੱਖ ਰੁਪਏ ਲੁੱਟ ਕੇ ਲੈ ਗਿਆ। ਇਸ ਵਿਅਕਤੀ ਨੇ ਆਸਟ੍ਰੇਲੀਅਨ ਡਾਲਰ ਦੀ ਮੰਗ ਕੀਤੀ ਅਤੇ 2000 ਖੁੱਲ੍ਹੇ ਕਰਵਾਉਣ ਦੀ ਗੱਲ ਕਰਦਿਆਂ ਉਸਨੇ ਥੱਪੜ ਮਾਰ ਕੇ ਗੱਲੇ ਵਿੱਚ ਪਏ 2 ਲੱਖ ਲੈ ਕੇ ਫਰਾਰ ਹੋ ਗਿਆ। ਥਾਣਾ ਮੁਖੀ ਅਜੇ ਕੁਮਾਰ ਨੇ ਕਿਹਾ, ਜਦੋਂ ਸਾਨੂੰ ਇਤਲਾਹ ਮਿਲੀ ਹੋਣੀ ਜਸਟ ਕਿ ਆਰ ਐਕਸ ਫੋਰੈਕਸ ਦੇ ਕੋਈ ਬੰਦਾ ਅੰਦਰ ਆ ਕੇ ਪੈਸੇ ਖੋਹ ਕੇ ਲੈ ਗਿਆ, ਅਸੀਂ ਆ ਕੇ ਇੱਥੇ ਪਤਾ ਕੀਤਾ ਅਤੇ ਆਕਾਸ਼ਦੀਪ ਨਾਮ ਦਾ ਮੁੰਡਾ ਕੋਈ 3 ਕੁ ਮਹੀਨੇ ਪਹਿਲਾਂ ਇੱਥੇ ਲੱਗਿਆ ਸੀਗਾ ਅਤੇ ਜਦੋਂ ਦੁਕਾਨ ਦੇ ਜਿਹੜੇ ਮਾਲਕ ਹੈਗੇ ਆ ਉਹ ਜਦੋਂ ਕਿਤੇ ਬਾਹਰ ਗਏ ਸੀਗੇ, ਉਸ ਤੋਂ ਬਾਅਦ ਇਮੀਡੀਏਟ 5-10 ਮਿੰਟ ਬਾਅਦ ਹੀ ਇੱਕ ਬੰਦਾ ਅੰਦਰ ਆਇਆ ਦੁਕਾਨ ਦੇ ਵਿੱਚ ਆ ਕੇ ਉਹਨੇ ਪਹਿਲਾਂ ਤਾਂ ਆਸਟ੍ਰੇਲੀਅਨ ਡਾਲਰ ਜਿਹੜੇ ਹੈਗੇ ਆ ਉਹ ਲੈਣ ਦੀ ਕੋਸ਼ਿਸ਼ ਕੀਤੀ ਹੈ, 250 ਰੁਪਏ ਦੇ ਆਸਟ੍ਰੇਲੀਅਨ ਡਾਲਰ ਲਏ ਹੈ, ਫਿਰ 2000 ਰੁਪਏ ਦਾ ਨੋਟ ਦੇ ਕੇ ਉਹ ਤੁੜਾਉਣ ਵਾਸਤੇ ਅਤੇ ਉਹ ਗੱਲੇ ਦੇ ਕੋਲ ਆ ਗਿਆ ਅਤੇ ਗੱਲੇ ਦੇ ਵਿੱਚੋਂ ਜਿਹੜੇ ਕਿ ਇੱਕ ਬੰਡਲ ਸੀਗਾ ਨੋਟਾਂ ਦਾ ਉਹ ਕੱਢ ਕੇ ਉਹ ਲੈ ਗਏ। ਉਹਨੇ ਮੈਨੂੰ ਕਿਹਾ, ਕਹਿੰਦਾ ਭਾਅ ਜੀ ਆਸਟ੍ਰੇਲੀਆ ਡਾਲਰ ਹੈਗੇ, ਮੈਂ ਕਿਹਾ ਭਾਅ ਜੀ ਆਪਣੇ ਕੋਲ ਤਾਂ ਹੁੰਦੇ ਨਹੀਂ ਹੈਗੇ, ਕਹਿੰਦਾ ਅੱਛਾ, ਕਹਿੰਦਾ ਮੈਨੂੰ 11 ਕੁ ਚਾਹੀਦੇ ਦੇਖ ਲੈ ਜੇ ਹੈਗੇ। ਫਿਰ ਮੈਂ ਭਾਅ ਜੀ ਨੂੰ ਫੋਨ ਲਾਇਆ, ਮੈਂ ਕਿਹਾ ਆਪਣੇ ਕੋਲ ਆਸਟ੍ਰੇਲੀਆ ਡਾਲਰ ਪਏ ਆ, ਭਾਅ ਜੀ ਕਹਿੰਦਾ ਦੇਖ, ਕਹਿੰਦਾ ਹੋਣੇ ਆ ਵਿੱਚ ਦੇਖ ਲਾ ਥੋੜ੍ਹੇ ਹੋਣੇ ਆ। ਮੈਂ ਕਿਹਾ ਚੱਲ ਠੀਕ ਆ ਭਾਅ ਜੀ, ਮੈਂ ਫੋਨ ਕੱਟਿਆ ਫਿਰ ਮੈਂ ਅੰਦਰ ਚਲ ਗਿਆ। ਮੈਂ ਕਿਹਾ ਭਾਅ ਜੀ ਦੇਖ ਲੈਂਦਾ, ਕਹਿੰਦਾ ਭਾਅ ਜੀ ਗੁਰਦੁਆਰੇ ਵਾਸਤੇ ਚਾਹੀਦੇ 11 ਕੁ ਡਾਲਰ ਚਾਹੀਦੇ ਆ। ਮੈਂ ਕਿਹਾ ਦੇਖ ਲੈਂਦਾ, ਮੈਂ ਦੇਖਿਆ ਗੱਲਾਂ ਖੋਲ੍ਹ ਕੇ 5 ਡਾਲਰ ਪਏ ਸੀ ਵਿੱਚ। ਫਿਰ ਮੈਂ ਕਿਹਾ ਭਾਅ ਜੀ 5 ਹੀ ਆ, ਕਹਿੰਦਾ ਚੱਲ ਐਂ ਕਰ 5 ਦੇ ਦੇ। ਕਹਿੰਦਾ ਕਿੰਨੇ ਹੋਏ? ਫਿਰ ਮੈਂ ਭਾਅ ਜੀ ਨੂੰ ਫੋਨ ਲਾਇਆ, ਮੈਨੂੰ ਰੇਟ ਨਹੀਂ ਪਤਾ। ਮੈਂ ਕਿਹਾ ਭਾਅ ਜੀ ਕਿੰਨੇ ਦੇ ਹੋਏ? ਭਾਅ ਜੀ ਕਹਿੰਦਾ 250 ਰੁਪਏ ਦੇ ਦੇ, 250 ਰੁਪਏ ਲੈ ਲਾ ਅਤੇ ਦੇ ਦੇ ਡਾਲਰ। ਮੈਂ ਦਿੱਤੇ, ਮੈਂ ਕਿਹਾ ਭਾਅ ਜੀ 250 ਰੁਪਇਆ ਹੋਇਆ। ਕਹਿੰਦਾ ਦੇ ਦੇ। ਉਹਨੇ ਮੈਨੂੰ 500 ਦਾ ਨੋਟ ਕੱਢ ਕੇ ਦਿੱਤਾ, 500 ਦਾ ਨੋਟ ਕੱਢ ਕੇ ਉਹਦੇ ਬਾਅਦ 'ਚ ਮੇਰੇ ਕੋਲ 250 ਟੁੱਟੇ ਹੋਣੀ ਸੀਗਾ। ਮੈਂ ਕਿਹਾ ਭਾਅ ਜੀ 50 ਰੁਪਏ ਹੋ ਰਹੇ ਹੈਗੇ ਖੁੱਲ੍ਹੇ। ਕਹਿੰਦਾ ਹੈਗੇ ਆ। ਉਹਨੇ 50 ਰੁਪਏ ਮੈਨੂੰ ਦਿੱਤੇ ਨਾਲ 500 ਦੇ, ਅਤੇ ਮੈਂ 300 ਮੋੜ ਦਿੱਤਾ ਉਹਨੂੰ। ਅਤੇ ਫਿਰ ਗੱਲਾਂ ਮਾਰੀ ਗਿਆ ਉਹਦੇ ਬਾਅਦ 'ਚ ਕਹਿੰਦਾ 2000 ਦਾ ਟੁੱਟੇ ਹੋਇਆ ਮੈਨੂੰ। ਕਹਿੰਦਾ, ਮੈਂ ਕਿਹਾ ਹਾਂਜੀ ਹੈਗਾ, ਮਿਲ ਜੂੰਗਾ। ਅਤੇ ਉਹਨੇ ਮੈਨੂੰ 2000 ਰੁਪਇਆ ਫੜਾਇਆ ਨਹੀਂ ਸੀਗਾ, ਉਹਦੇ ਹੱਥ 'ਚ ਸੀਗਾ 2000 ਰੁਪਇਆ। ਮੈਨੂੰ ਕਹਿੰਦਾ ਪਰਚੀਆਂ ਦੇ ਦੇ 2000 ਦੀਆਂ। ਮੈਂ 500-500 ਦੇ ਕੱਢਣ ਲੱਗਿਆ। ਕਹਿੰਦਾ ਨਹੀਂ 100-100 ਦੇ। ਮੈਂ ਕਿਹਾ ਚਲੋ ਭਾਈ 100-100 ਦੇ ਦਿੰਦਾ। ਮੈਂ 100-100 ਦੇ ਕੱਢਣ ਲੱਗਿਆ, ਕਹਿੰਦਾ ਪੁਰਾਣੇ ਨਹੀਂ, ਕਹਿੰਦਾ ਨਵੇਂ ਵਿੱਚ ਗੱਲੇ ਦੇ। ਕਹਿੰਦਾ ਆਹ ਵਾਲੇ ਦੇ, ਕਹਿੰਦਾ ਜਿਹੜਾ ਸੀਲ ਬੰਦ ਹੋ ਨਵੇਂ। ਅਤੇ ਮੈਂ ਨਵੇਂ ਦੇਣ ਲੱਗ ਗਿਆ। ਅਤੇ ਕਹਿੰਦਾ ਭਾਅ ਜੀ ਐਂ ਕਰ, ਤੂੰ 500-500 ਦੇ 2 ਦੇ ਦੇ ਅਤੇ ਬਾਕੀ 100-100 ਦੇ ਦੇ। ਮੈਂ ਕਹਿੰਦਾ ਆਹ ਵਾਲੇ ਦੇ, ਮੈਨੂੰ 100 ਵਾਲੇ ਥੱਦੀ ਚੱਕ ਲਈ ਹੱਥ ਵਿੱਚ। ਕਹਿੰਦਾ ਆਹ ਵਾਲੇ ਦੇ। ਮੈਂ ਕਿਹਾ ਭਾਅ ਜੀ ਮੈਂ ਦੇ ਦਿੰਦਾ, ਤੂੰ ਪਿੱਛੇ ਹੋ ਕੇ ਤਾਂ ਖੜ੍ਹ। ਅਤੇ 500-500 ਦੇ ਮੈਂ ਕੱਢੇ 2, ਫਿਰ ਉਹਦੇ ਬਾਅਦ 'ਚ ਮੈਂ 100-100 ਦੇ ਗਿਣ ਕੇ ਕੱਢਣ ਲੱਗ ਪਿਆ। ਅਤੇ 2000 ਦੀ ਉੱਪਰ 2000 ਦੇ ਨੋਟ ਉਹਨੇ ਇੱਦਾਂ ਗੱਲਾਂ ਸਾਰਾ ਹੀ ਖੁੱਲ੍ਹਾ ਸੀਗਾ। ਮੈਂ ਉੱਧਰ ਦਾ ਧਿਆਨ 'ਚ ਸੀਗਾ ਵੀ ਪੈਸੇ ਕੱਢਦਾ ਸੀਗਾ ਮੈਂ ਕੋਲ ਕੱਢ ਕੱਢ ਕੇ। ਜਦ ਤੇ ਮੈਂ ਪੂਰੇ ਗਿਣ ਕੇ ਦੇਣ ਲੱਗਿਆ, ਉਹਨੇ ਮੇਰੇ ਥੱਪੜ ਮਾਰਿਆ ਅਤੇ ਇੱਦਾਂ ਗੱਲੇ ਜਦ ਪਾਇਆ, ਗੱਲੇ ਦੇ ਵਿੱਚੋਂ ਹੱਥ ਪਾ ਕੇ ਹੋ ਕੇ ਨੱਠ ਗਿਆ। ਅਤੇ ਉਹਦੇ ਬਾਅਦ 'ਚ ਬਾਹਰ ਮੈਂ ਆਇਆ, ਫਿਰ ਮੈਂ ਬਾਹਰ ਆ ਕੇ ਮੈਂ ਮੋਟਰਸਾਈਕਲ ਚੱਕਿਆ, ਭਾਅ ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਮੋਟਰਸਾਈਕਲ ਮਿਲ ਜੂੰਗਾ? ਕਹਿੰਦੇ ਭਾਏ ਇੱਧਰ ਸਾਡੇ ਨਾਲ ਦੀ ਦੁਕਾਨ ਵਾ ਚਿੱਕਰਾਂ ਦੀ, ਉੱਪਰ ਪੁੱਛਿਆ। ਅਤੇ ਉਹਨੇ ਮੈਨੂੰ ਚਾਬੀ ਦਿੱਤੀ, ਮੈਂ ਚੱਲ ਗਿਆ ਮਗਰ ਦੇਖਣ। ਪਹਿਲਾਂ ਮੈਂ ਦੇਖਿਆ ਸੜਕ 'ਤੇ ਖੜ੍ਹ ਕੇ, ਕਿਤੇ ਨਹੀਂ ਦੇਖਿਆ। ਫਿਰ ਮੈਂ ਮਗਰ ਗਿਆ ਚੌਂਕ ਤੋਂ, ਮੈਂ ਸਾਰੇ ਪਾਸੇ ਦੇਖ ਕੇ ਆਇਆ, ਫਿਰ ਕੋਈ ਵੀ ਨਹੀਂ ਦੇਖਿਆ। ਫਿਰ ਮੁੜ ਕੇ ਦੁਕਾਨ 'ਤੇ ਆਇਆ, ਉਹਦੇ ਬਾਅਦ 'ਚ ਫਿਰ ਮੈਂ ਭਾਅ ਜੀ ਨੂੰ ਫੋਨ ਲਾਇਆ। ਮੈਂ ਕਿਹਾ ਭਾਅ ਜੀ ਕੋਈ ਗੱਲ ਹੋਈ ਆ, ਆਇਓ ਮਾੜੀ ਦੁਕਾਨ 'ਤੇ। ਕਹਿੰਦਾ ਕੀ ਹੋਇਆ? ਮੈਂ ਰੋਟੀ ਖਾਂਦਾ ਪਿਆ। ਮੈਂ ਕਿਹਾ ਭਾਅ ਜੀ ਨਹੀਂ, ਤੁਸੀਂ ਆ ਜਾਓ ਮਾੜੀ ਜੀ, ਕੋਈ ਕੰਮ ਆ। ਭਾਅ ਜੀ ਦੁਕਾਨ 'ਤੇ ਆਇਆ, ਭਾਅ ਜੀ ਕਹਿੰਦਾ ਕੀ ਹੋਇਆ? ਮੈਂ ਬੋਲਿਆ ਨਹੀਂ ਪਹਿਲਾਂ, ਭਾਅ ਜੀ ਨੇ ਆ ਕੇ ਗੱਲਾਂ ਚੱਕ ਕੀਤਾ। ਭਾਅ ਜੀ ਕਹਿੰਦਾ ਕੀ ਹੋਇਆ ਦੱਸ? ਭਾਅ ਜੀ ਕਹਿੰਦਾ ਪੈਸੇ ਦੀ ਗੱਲ ਹੋਈ, ਕਹਿੰਦਾ ਕੋਈ ਲੜਾਈ ਲੜੂਈ ਹੋਈ ਘਰਦਿਆਂ ਨਾਲ? ਮੈਂ ਕਿਹਾ ਨਹੀਂ ਭਾਅ ਜੀ। ਮੈਂ ਕਿਹਾ ਭਾਅ ਜੀ ਪੈਸੇ ਖੋ ਕੇ ਲੈ ਗਿਆ। ਕਹਿੰਦਾ ਕੌਣ? ਭਾਅ ਜੀ ਮੈਨੂੰ ਗਾਲਾਂ ਕੱਢਣ ਲੱਗ ਗਿਆ। ਭਾਅ ਜੀ ਕਹਿੰਦਾ ਕੌਣ ਪੈਸੇ ਖੋ ਕੇ ਲੈ ਗਿਆ? ਕੌਣ ਆਇਆ ਸੀਗਾ ਇੱਥੇ? ਮੈਂ ਕਿਹਾ ਭਾਅ ਜੀ ਗਾਹਕ ਆਇਆ ਸੀ ਇੱਕ, ਉਹ ਜਿਹੜਾ ਆਸਟ੍ਰੇਲੀਆ ਡਾਲਰ ਵਾਲਾ ਸੀਗਾ। ਕਹਿੰਦਾ ਕਿੱਦਾਂ ਲੈ ਗਿਆ? ਮੈਂ ਇੱਦਾਂ, ਮੈਂ ਕਿਹਾ ਭਾਅ ਜੀ ਮੇਰੇ ਥੱਪੜ ਮਾਰ ਕੇ ਲੈ ਗਿਆ।